ਸਸਿਕਾ ਜੀ ਸਾਰੇ ਵੀਰਾਂ ਨੂੰ ਕੀ ਹਾਲ ਹੈ ਸਾਰਾਂ ਦਾ ਸਾਰੇ ਵੀਰਾਂ ਦਾ ਆਪਣੇ ਚੈਨਲ ਟਰੈਕਟਰ ਮੰਡੀ ਤੇ ਸਵਾਗਤ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਸਕਰੀਨ ਦੇ ਉੱਤੇ ਲਿਖਿਆ ਆ ਰਿਹਾ ਹੈ ਨੰਬਰ ਆਪਣਾ 76963 29488 ਜੇ ਕਿਸੇ ਮੇਰੇ ਵੀ ਨਿਹੜ ਕਰਾਉਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਤਾਂ ਇਸੇ ਨੰਬਰ ਤੇ ਪੰਜ ਸੱਤ ਫੋਟੋਆਂ ਵਟਸਐਪ ਕਰ ਦਿਓ ਬਾਕੀ ਦੀ ਸਾਰੀ ਡਿਟੇਲ ਦੇ ਨਾਲ ਐਡ ਆਪਾਂ ਬਿਲਕੁਲ ਫਰੀ ਦੇ ਵਿੱਚ ਤੁਹਾਡੀ ਆਪਣੇ ਚੈਨਲ ਤੇ ਕਰ ਦਾਂਗੇ ਆਪਾਂ ਕੋਈ ਕਮਿਸ਼ਨ ਨਹੀਂ ਲੈਂਦੇ ਜੀ ਕੋਈ ਖਰਚ ਨਹੀਂ ਲੈਂਦੇ ਵੀਰੋ ਬਿਲਕੁਲ ਫਰੀ ਦੇ ਵਿੱਚ ਆਪਾਂ ਸਾਰਾ ਕੰਮ ਕਰ ਦਿਆਂ ਸੋ ਹੁਣ ਆਪਾਂ ਗੱਲ ਕਰਦੇ ਆਂ ਵੀਡੀਓ ਦੀ ਅੱਜ ਆਪਣੇ ਕੋਲੇ ਸਭ ਤੋਂ ਪਹਿਲਾਂ ਬਰਨਾ ਗੱਡੀ ਆਈ ਹੈ 2009 ਮਾਡਲ ਗੱਡੀ ਹੈ ਰੰਗ ਪੈਂਟ ਦੀ ਗੱਡੀ ਸਾਫ ਪਈ ਹੈ ਹਲਕੇ ਫੁਲਕੇ ਸਕਰੈਚ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਆ ਤੇ ਇੰਜਨ ਗੇਅਰ ਦੀ ਸਾਫ ਹੈ ਤੇ ਕਾਗਜ਼ ਪੱਤਰ ਸਾਰੇ ਪੂਰੇ ਨੇ ਗੁਰਦਾਸਪੁਰ ਮਾਲਕੀਬਿਰਾਂ ਦਾ ਏਰੀਆ ਹੈਗਾ ਤੇ 80-85 ਪੈਸੇ ਟੈਰਾਂ ਦੀ ਕੰਡੀਸ਼ਨ ਪਈ ਹੈ ਲਾਇ ਪਵਾ ਰੱਖਿਆ ਵੀ ਨਹੀਂ ਡਿਮਾਂਡ ਰੱਖਿਆ ਵੀ ਨਹੀਂ 2,70,000 ਤੇ ਅੰਦਰੋਂ ਬਿਲਕੁਲ ਸਾਫ਼ ਪਈ ਹੈ ਗੱਡੀ ਮੈਟਿੰਗ ਹੋਈ ਹੈ ਏਸੀ ਹੀਟਰ ਵਰਕਿੰਗ 'ਚ ਹੈ ਮਿਊਜ਼ਿਕ ਸਿਸਟਮ ਚੱਲਦਾ ਹੈ ਸੀਟ ਕਵਰ ਵਧੀਆ ਪੂਰੇ ਸੋਨੇ ਝੜੇ ਹੋਏ ਹੈ ਸੋ ਕਿਸੇ ਵੀ ਨੇ ਗੱਡੀ ਦੇਖਣੀ ਹੋਵੇ ਤਮ ਮਾਲਕਬੀਰ ਦਾ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਹਨਾਂ ਨੂੰ ਕਾਲ ਕਰਕੇ ਗੁਰਦਾਸਪੁਰ ਜਾ ਕੇ ਦੇਖ ਕੇ ਚੈੱਕ ਆਊਟ ਕਰਕੇ ਗੱਡੀ ਤੁਸੀਂ ਵੀਰੋ ਖਰੀਦ ਸਕਦੇ ਹੋ ਤੇ ਦੂਜੀ ਗੱਡੀ ਹੈ ਜੀ ਆਪਣੇ ਕੋਲੇ ਹੁੰਡਾਈ ਵਾਲਾ ਦੀ i10 ਮਾਡਲ ਆ ਗੱਡੀ ਦਾ 2010 ਜੀ 68000 ਕਿਲੋਮੀਟਰ ਗੱਡੀ ਚੱਲੀ ਹੋਈ ਆ ਤੇ ਕੰਪਨੀ ਦਾ ਰਿਕਾਰਡ ਹੈ ਦਿੱਲੀ ਮਾਲਕਬੀਰਾਂ ਦਾ ਏਰੀਆ ਜੀ ਤੇ ਗੱਡੀ ਦੀ ਕੰਡੀਸ਼ਨ ਸਾਫ ਸੁਥਰੀ ਹੈ ਤੇ ਰੰਗ ਪੈਂਟ ਹੈ ਜਿਹੜਾ ਪੂਰਾ ਵਧੀਆ ਪਿਆ ਕਿਸੇ ਪਾਸੋਂ ਕੋਈ ਐਕਸੀਡੈਂਟ ਨਹੀਂ ਹੋਈ ਨੋਨ ਐਕਸੀਡੈਂਟ ਗੱਡੀ ਹੈ ਤੇ 85 90 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਹੈ 1 ਲੱਖ ਤੇ 90 ਹਜ਼ਾਰ ਗੱਡੀ ਦੀ ਡਿਮਾਂਡ ਹੈ ਕਿਸੇ ਵੀ ਨੇ ਗੱਡੀ ਦੇਖਣੀ ਹੋਵੇ ਤਾਂ ਇਹਨਾਂ ਦੇ ਏਰੀਆ 'ਚ ਜਾ ਕੇ ਗੱਡੀ ਦੇਖ ਸਕਦੇ ਹੋ ਚਲਾ ਕੇ ਕਾਗਜ਼ ਪੱਤਰਾਂ ਦੀ ਵੈਰੀਫਿਕੇਸ਼ਨ ਕਰਕੇ ਜੀ ਤੇ ਗੱਡੀ ਤੁਸੀਂ ਖਰੀਦ ਸਕਦੇ ਹੋ ਨੰਬਰ ਵੀਰ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਨੰਬਰ ਨੋਟ ਕਰ ਲਓ ਵੀਰ ਦਾ 99206 52911 ਇਹਨਾਂ ਨੂੰ ਕਾਲ ਕਰਕੇ ਤੇ ਗੱਡੀ ਦੀ ਡੀਲ ਤੁਸੀਂ ਕਰ ਸਕਦੇ ਹੋ ਸੋ ਅੱਗੇ ਹੈ ਜੀ ਆਪਣੇ ਕੋਲੇ ਜਨ ਡੀਆਈ ਗੱਡੀ ਚ ਜਨ ਗੱਡੀਆਂ ਆਪਣੇ ਕੋਲੇ 2005 ਮਾਡਲ ਤੇ ਬਠਿੰਡਾ ਮਾਲਕਪੁਰਾਂ ਦਾ ਏਰੀਆ ਜੀ ਕੰਡੀਸ਼ਨ ਗੱਡੀ ਦੀ ਸਾਫ ਪਈਆ ਰੰਗ ਪੈਂਟ ਵਧੀਆ ਗੱਡੀ ਦਾ ਤੇ ਥੋੜੇ ਬੋਤੇ ਸਕ੍ਰੈਚ ਹੋਣਗੇ ਗੱਡੀ ਤੇ ਤੇ ਬਾਕੀ ਕੰਡੀਸ਼ਨ ਸਾਰੀ ਗੱਡੀ ਦੀ ਵਧੀਆ ਹੈ 60k ਪੈਸੇ ਟਾਰਾਂ ਦੀ ਕੰਡੀਸ਼ਨ ਪਈ ਹੈ ਅਲਾਈ ਲੱਗੇ ਹੋਇਆ ਹੈ ਸਰਵਿਸ ਵੀ ਇਹਨੇ ਸਾਰੀ ਕਰਵਾ ਰੱਖੀ ਹੈ ਕਿਸੇ ਪਾਸੋਂ ਗਲੀ ਸੜੀ ਨਹੀਂ ਕਿਸੇ ਪਾਸੋਂ ਕੋਈ ਡੈਮੇਜ ਨਹੀਂ 74000 ਵੀਨੇ ਡਿਮਾਂਡ ਰੱਖਿਆ ਵੀਨੇ ਤੇ ਨੰਬਰ ਵੀਰ ਦਾ ਸਕ੍ਰੀਨ ਤੇ ਸ਼ੋ ਹੋ ਰਿਹਾ ਹੈ 88726 72534 ਇਹਨਾਂ ਨੂੰ ਕੋਲ ਕਰਕੇ ਬਠਿੰਡੇ ਜਾ ਕੇ ਗੱਡੀ ਨੂੰ ਦੇਖ ਕੇ ਤੇ ਗੱਡੀ ਦੀ ਡੀਲ ਤੁਸੀਂ ਕਰ ਸਕਦੇ ਹੋ ਤੇ ਅੱਗੇ ਆਪਣੇ ਕੋਲੇ ਸਵਿਫਟ BDI ਗੱਡੀ 2013 ਮਾਡਲ ਗੱਡੀ ਹੈ ਵੀਰੋ ਆ 76000 ਕਿਲੋਮੀਟਰ ਚੱਲੀ ਹੈ ਤੇ ਵਧੀਆ ਕੰਡੀਸ਼ਨਾਂ ਗੱਡੀ ਦੀ ਰੰਗ ਪੈਂਟ ਗੱਡੀ ਦਾ ਵਧੀਆ ਪਿਆ ਹੈ ਤੇ ਰਾਮਪੁਰਾ ਫੂਲਮਾਲਕ ਵੀਰਾਂ ਦਾ ਏਰੀਆ ਦਾ ਨਵੇਂ ਟਾਇਰ ਨੇ ਬਿਲਕੁਲ ਤੇ ਅੰਦਰੋਂ ਗੱਲ ਕਰੀਏ ਤਾਂ ਗੱਡੀ ਦੀ ਕੰਡੀਸ਼ਨ ਅੰਦਰੋਂ ਬਿਲਕੁਲ ਵਧੀਆ ਹੈ ਮੈਟਿੰਗ ਹੋਈ ਹੈ ਗੱਡੀ ਦੀ ਏਸੀ ਹੀਟਰ ਵਰਕਿੰਗ 'ਚ ਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਤੇ ਸੀਟ ਕਵਰ ਚੜੇ ਹੋਇਆ ਹੈ ਕਾਗਜ਼ ਪੱਤਰ ਕੰਪਲੀਟ ਆ ਸਾਰੇ ਤੇ ਡਿਮਾਂਡ ਹੈ 355 ਤੇ ਵੀਰ ਕਹਿੰਦੇ ਸੀਗੇ ਮੌਕੇ ਤੇ ਲੈਸ ਕਰ ਦਾਂਗੇ ਜਿੰਨਾ ਹੋ ਸਕਦਾ ਵੀਰ ਘਟਾ ਦੇਣਗੇ ਤੇ ਫੁੱਲ ਗਾਰੰਟੀ ਹੈ ਜੀ ਗੱਡੀ ਦੀ ਮਾਲਕ ਵੀਰ ਵੱਲੋਂ ਕਿਸੇ ਵੀ ਨੇ ਦੇਖਣੀ ਹੋਵੇ ਤਾਂ ਦੇਖ ਵੀ ਸਕਦੇ ਹੋ 98158 34281 ਮਾਲਕ ਵੀਰਾਂ ਦਾ ਨੰਬਰ ਹੈ ਜੀ ਸੋ ਹੁਣ ਗੱਲ ਕਰਦੇ ਆ ਜੇ ਆਪਾਂ ਆਲਟੋ ਗੱਡੀ ਦੀ ਪਾਵਰ ਸਟੀering ਹੈ ਜੀ ਗੱਡੀ ਤੇ ਮਾਡਲ ਹੈ ਗੱਡੀ ਦਾ 2008 ਬਠਿੰਡਾ ਮਾਲਕ ਵੀਰਾਂ ਦਾ ਏਰੀਆ ਹੈ ਇੰਜਨ ਗੇਅਰ ਦੀ ਬਿਲਕੁਲ ਸਾਫ਼ ਗੱਡੀ ਹੈ ਤੇ ਸਕ੍ਰੈਚ ਤੁਹਾਨੂੰ ਮਿਲਣਗੇ ਜੀ ਗੱਡੀ ਤੇ ਹਲਕੇ ਜੇ ਤੇ ਡੈਂਟ ਵੀ ਹੋ ਸਕਦਾ ਹੈ ਤੇ ਬਾਕੀ ਤੁਸੀਂ ਜਾ ਕੇ ਚੈੱਕ ਆਊਟ ਕਰ ਸਕਦੇ ਹੋ ਨਵੇਂ ਟਾਇਰ ਨੇ ਜੀ ਗੱਡੀ ਤੇ ਤੇ 90000 ਡਿਮਾਂਡ ਹੈ ਤੇ ਕਾਜ ਪੱਤਰਾਂ ਦੀ ਇੰਜਨ ਗੇਅਰ ਦੀ ਮਾਲਕੀ ਬਿਰੋ ਫੁੱਲ ਗਾਰੰਟੀ ਲੈਂਦੇ ਆ ਤੇ ਵਧੀਆ ਸਾਫ ਗੱਡੀ ਹੈ ਤੇ ਕਿਸੇ ਵੀ ਨੇ ਦੇਖਣੀ ਹੋਵੇ ਦੇਖ ਸਕਦੇ ਹੋ 90000 ਡਿਮਾਂਡ ਹੈ ਇਹ ਨੰਬਰ ਵੀਰ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 81460 ਤੇ 84411 ਇਹਨਾਂ ਦਾ ਨੰਬਰ ਹੈ ਜੀ ਇਹਨਾਂ ਨੂੰ ਕਾਲ ਕਰਕੇ ਜਾ ਕੇ ਚੈੱਕ ਆਊਟ ਕਰਕੇ ਤੇ ਗੱਡੀ ਤੁਸੀਂ ਵੀਰੋ ਖਰੀਦ ਸਕਦੇ ਹੋ ਤੇ ਅੱਗੇ ਗੱਲ ਕਰਦਾ ਜੇ ਆਪਾਂ ਬੁਲਟ ਦੀ ਬਿਲਕੁਲ ਨਵੇਂ ਪਿਆ ਜੀ ਬੁਲਟ ਆ 2018 ਮਾਡਲ ਹੈ ਵੈਸੇ ਤਾਂ ਤੇ ਬਹੁਤ ਘੱਟ ਚਲਾਇਆ ਵੀ ਨਹੀਂ ਤੇ 1,25,000 ਡਿਮਾਂਡ ਰੱਖੀ ਆ ਵੈਸੇ ਹੀ ਖੜਾ ਹੈ ਘਰੇ ਤੇ ਬੋਧੀ ਘੱਟ ਚੱਲਿਆ ਮੁਹਾਲੀ ਮਾਲਕਵੀਰ ਦਾ ਏਰੀਆ ਨਵੇਂ ਟਾਇਰ ਨੇ ਜਮਾ ਤੇ ਅਲਾਈ ਲੱਗੇ ਹੋਇਆ ਸਰਵਿਸ ਦਾਨਾ ਤੇ ਕਾਗਜ਼ ਪੱਤਰ ਸਾਰੇ ਕੰਪਲੀਟ ਨੇ ਤੇ ਮੌਕੇ ਤੇ ਵੀਰ ਥੋੜਾ ਬਹੁਤਾ ਹੋ ਸਕਦਾ ਘਟਾ ਵੀ ਦੇਣ ਤੇ ਇੱਕ ਵਾਰੀ ਫੋਨ ਕਰਕੇ ਮਾਲਕਵੀਰ ਨੂੰ ਰੇਟ ਜ਼ਰੂਰ ਪੁੱਛ ਲਿਓ ਤੇ ਕਿਸੇ ਵੀ ਨੇ ਦੇਖਣਾ ਹੋਵੇ ਤਾਂ ਮੁਹਾਲੀ ਜਾ ਕੇ ਚੈੱਕ ਆਊਟ ਵੀ ਕਰ ਸਕਦੇ ਹੋ ਨੰਬਰ ਵੀਰ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੇ ਨੋਟ ਕਰ ਲਓ ਜੀ ਇਹਨਾਂ ਦਾ ਨੰਬਰ ਤੇ ਕਾਲ ਕਰਕੇ ਡੀਲ ਤੁਸੀਂ ਕਰ ਸਕਦੇ ਹੋ ਤੇ ਜਿੰਨੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਆਪਣੇ ਚੈਨਲ ਤੇ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਦੇ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸੋ ਅੱਜ ਲਈ ਇਹਨੇ ਜੀ ਮਿਲਦੇ ਹਾਂ ਇਸੇ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਨਵੀਂ ਮਸ਼ੀਨਰੀਆਂ ਦੇ ਨਾਲ ਤੇ ਅੱਜ ਸਭ ਤੋਂ ਵਧੀਆ ਗੱਡੀ ਜਾਂ ਬੁਲਟ ਤੁਹਾਨੂੰ ਕਿਹੜਾ ਲੱਗਿਆ ਕਮੈਂਟ ਚ ਜਰੂਰ ਦੱਸਿਓ ਤੇ ਮਿਲਦੇ ਆ ਜੀ ਤੇ ਠੀਕ ਆ ਜੀ